ਸਿਰਫ 100 ਰੁਪਏ ਤੋਂ ਚੀਕੂ ਦਾ ਬੂਟਾ ਬਾਈ ਜੀ ਸਟਾਰਟ ਹੈਗਾ। ਰੇਟ ਤੋੜ ਤੇ ਪੰਜਾਬੀਆਂ ਲਈ, ਹਰਿਆਣੇ ਲਈ, ਰਾਜਸਥਾਨ ਲਈ, ਸਾਰੇ ਮੇਰੇ ਪੰਜਾਬੀ ਵੀਰਾਂ ਲਈ, ਸਾਰੇ ਕਸਟਮਰਾਂ ਲਈ ਤੋੜ ਤੇ ਆਪਾਂ ਨੇ। ਠੀਕ ਹੈ ਵੀ, ਜ਼ਿਆਦਾ ਤੋਂ ਜ਼ਿਆਦਾ ਬੂਟੇ ਲੱਗ ਜਾਣ। ਦੇਖੋ ਰਸ ਦੇਖ ਸਕਦੇ ਹੋ, ਰਸ ਦੇਖੋ ਨਾ, ਜੂਸ ਕਿੰਨਾ ਕੁ ਨਿਕਲ ਸਕਦਾ ਓਰੀਜਨਲ ਇਤੀ ਦੇ ਵਿੱਚ ਦੇਖ ਸਕਦੇ ਹੋ। ਲਓ ਦੇਖ ਇੱਧਰ ਦਿਖਾ ਦੇ ਰਸ ਬਾਈ, ਅਸਲੀ ਦੇ ਵਿੱਚ ਦੇਖੋ ਰੰਗ ਵੀ ਉਹ ਹੈ ਜਿਹਦਾ ਆਪਾਂ ਪੂਰਾ ਮਤਲਬ ਸਿਰੇ ਦਾ ਜੂਸ ਪੀਨੇ ਆ। ਇਹ ਓਰੀਜਨਲ ਮਸੰਮੀ ਹੈ ਜੀ, ਮਸੰਮੀ ਹੈ ਜੀ, ਪੂਰਾ ਪੂਰਾ ਵਧੀਆ ਜੀ। ਇੱਕ ਨੰਬਰ ਆਪਾਂ ਨੇ ਕੱਚਾ ਹੀ ਤੋੜਿਆ, ਹਜੇ ਇਹਨੂੰ ਆਪਾਂ ਨੇ ਉੱਪਰੋਂ ਪੱਕਣੇ ਤਾਂ, ਪਰ ਤੁਸੀਂ ਐਂ ਦੇਖਿਓ ਵਿੱਚੋਂ ਪੂਰਾ ਪੀਲਾ ਨਿਕਲਦਾ, ਲਾਲ ਨਿਕਲਦਾ, ਔਰਗੈਨਿਕ ਹੈਗਾ। ਲੈ ਮਿੱਤਰ ਦੇਖ ਸਕਦੇ 12 ਲੱਖ ਦੂਸਰਾ ਨੰਬਰ, ਦੂਸਰਾ ਜੀ, ਦੂਸਰਾ ਇੱਕ ਨੰਬਰ ਹੈ ਖਾਣ ਦੇ ਵਿੱਚ, ਖਾਣ ਦੇ ਵਿੱਚ, ਗਮਲੇ ਦੇ ਵਿੱਚ ਲਗਾ ਲਓ ਚਾਹੇ ਧਰਤੀ 'ਚ ਲਾ ਲਓ। ਠੀਕ ਹੈ ਜੀ, ਤੁਹਾਡੇ ਫੁੱਲ ਕਦੇ ਅਮਰੂਦ ਨਹੀਂ ਖਤਮ ਹੋਊਗਾ, ਔਰ ਕਾਣਾ ਵੀ ਨਹੀਂ ਹੋਊਗਾ ਕਦੇ। ਠੀਕ ਹੈ ਜੀ, ਜਗ੍ਹਾ ਨਹੀਂ ਹੁੰਦੀ ਕਿਸੇ ਮੇਰੇ ਵੀਰ ਕੋਲ, ਉਹ ਤਾਂ ਡਰਾਮਾ ਦੇ ਵਿੱਚ ਲਾ ਕੇ ਆਪਣਾ ਬੂਟਿਆਂ ਦਾ ਫਲਾਂ ਦਾ ਸ਼ੌਂਕ ਪੂਰਾ ਕਰ ਸਕਦਾ। ਅੰਬ ਕਹਿੰਦੇ ਆਪਣੇ ਚੱਲਦਾ ਨਹੀਂ, ਅੰਬ ਦੇਖੋ ਬਾਈ ਜੀ, ਡਰਾਮ ਦੇ ਵਿੱਚ ਤੋਂ ਅੰਬ ਤੋੜ ਕੇ ਖਾਧੇ ਨੇ, 200 ਚੀਕੂ ਘੱਟੋ ਘੱਟ ਲੱਗਿਆ ਹੋਇਆ ਨੂੰ, 100 ਰੁਪਏ ਤੋਂ ਬਾਈ ਸਟਾਰਟ ਹੈ ਚੀਕੂ ਦਾ ਬੂਟਾ। ਬੂਟਾ ਤਾਂ ਜੋ ਆਪਣੀ ਪੰਜਾਬ ਦੀ ਧਰਤੀ 'ਚ ਲਾ ਲਿਆ ਉਹ ਚੱਲ ਗਿਆ ਜੀ, ਚੱਲ ਗਿਆ, ਚੱਲੂਗਾ। ਸਹੀ ਗੱਲ, ਸੋਹਣਾ ਬੁੱਧੀ ਹੈ ਜੀ। ਸਿਉਂਕ ਨਾਲ ਕੋਈ ਬੂਟਾ ਮਰ ਸਕਦਾ, ਲੇਕਿਨ ਦੂਏ ਲੋੜ ਨਹੀਂ ਬੂਟਾ ਖਤਮ ਹੋ ਸਕਦਾ। ਕੱਢੂ ਓਰੀਜਨਲ ਦੇ ਵਿੱਚ, ਓਰੀਜਨਲ ਦੇ ਵਿੱਚ ਜਿਹੜਾ 2 ਸਾਲ ਦੇ ਅੰਦਰ ਅੰਦਰ ਫਲ ਚੱਕਣ ਵਾਲਾ, ਵੱਡੇ ਵੱਡੇ ਬੂਟੇ ਵੀ ਪਏ ਨੇ ਆਪਣੇ ਕੋਲ। ਦੋਸਤੋ ਸਭ ਤੋਂ ਪਹਿਲਾਂ ਤਾਂ ਨਾ ਜਿਹੜੇ ਮੇਰੇ ਵੀਰ ਚਾਹੁੰਦੇ ਨੇ ਵੀ ਆਪਣਾ ਪੰਜਾਬ ਹਰਾ ਭਰਾ ਹੋ ਜੇ ਅਤੇ ਆਪਣੀ ਧਰਤੀ ਹਰੀ ਭਰੀ ਹੋ ਜਾਵੇ, ਬਾਈ ਜੀ ਇੱਕ ਇੱਕ ਸ਼ੇਅਰ ਜ਼ਰੂਰ ਕਰ ਦਿਉ ਅਤੇ ਆਪਣੇ ਘਰ ਦੇ ਵਿੱਚ ਬਾਈ ਜੀ ਸਾਰੇ ਜਾਣੇ ਲਗਭਗ 2-2, 3-3 ਬੂਟੇ ਹਰੇਕ ਲਾਓ, ਕਿਉਂਕਿ ਬਾਈ ਜੀ ਕਮੀ ਬਹੁਤ ਹੈਗੀ। ਅਤੇ ਅੱਜ ਬਾਈ ਜੀ ਆਪਾਂ ਫੇਰ ਆਏ ਹੋਏ ਨਿਊ ਚੰਡੀਗੜ੍ਹ ਨਰਸਰੀ ਧੂਰੀ ਦੇ ਵਿੱਚ, ਜਿੱਥੇ ਬਾਈ ਜੀ ਤੁਹਾਨੂੰ ਹਰੇਕ ਤਰ੍ਹਾਂ ਦਾ ਬੂਟਾ ਮਿਲੂਗਾ, ਫਲ ਵਾਲਾ ਵੀ, ਸਾਹ ਵਾਲਾ ਵੀ ਅਤੇ ਸਜਾਵਟ ਵਾਲਾ ਵੀ। ਬਾਕੀ ਬਾਈ ਜੀ ਕੀ ਗੱਲਬਾਤ ਹੈਗੀ, ਬਾਈ ਜੀ ਕਹਿੰਦੇ ਵੀ ਬੂਟੇ ਬਾਈ ਜੀ 1 ਮਿੰਟ ਦੀ ਪੂਰੀ ਗਰੰਟੀ ਦੇ ਰਹੇ ਨੇ ਵੀ ਜੇ 1 ਮਹੀਨੇ ਦੇ ਵਿੱਚ ਬੂਟਾ ਸੁੱਕ ਗਿਆ ਤਾਂ ਬਾਈ ਜੀ ਇੱਥੇ ਲਿਆ, ਉਸਨੂੰ ਨਵਾਂ ਬੂਟਾ ਦੇਵਾਂਗੇ। ਬਾਕੀ ਕੀ ਗੱਲਬਾਤ ਹੈਗੀ, ਤਾਂ ਤੁਹਾਨੂੰ ਬੂਟੇ ਵੀ ਆਪਾਂ ਦਿਖਾਵਾਂਗੇ, ਗੱਲਬਾਤ ਕਰ ਦਿਆਂਗੇ ਸੋਨੀ ਬਾਈ ਨਾਲ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਬਾਈ, ਕੀ ਹਾਲ ਚਾਲ ਨੇ ਸੋਨੀ ਵੀਰ? ਬਹੁਤ ਵਧੀਆ ਜੀ। ਠੀਕ ਹੈ ਜੀ, ਕਿਵੇਂ ਰਿਹਾ ਜੀ ਪਹਿਲਾਂ ਵਾਲੀ ਵੀਡੀਓ ਦਾ ਰਿਸਪੌਂਸ? ਬਹੁਤ ਵਧੀਆ ਜੀ, ਬਹੁਤ ਜ਼ਿਆਦਾ ਰਿਸਪੌਂਸ ਮਿਲਿਆ, ਬਹੁਤ ਪਿਆਰ ਮਿਲਿਆ ਪੰਜਾਬੀਆਂ ਤੋਂ ਵੀ, ਹਰਿਆਣੇ ਤੋਂ ਵੀ, ਪੰਜਾਬ ਤੋਂ ਵੀ, ਰਾਜਸਥਾਨ ਤੋਂ ਵੀ, ਠੀਕ ਹੈ ਜੀ, ਦਿੱਲੀ ਤੱਕ ਤੋਂ ਵੀ, ਚੰਡੀਗੜ੍ਹ ਤੱਕ ਵੀ, ਕਹਿ ਨਹੀਂ ਸਕਦੇ ਆਪਾਂ, ਅੰਮ੍ਰਿਤਸਰ ਤੱਕ, ਮਤਲਬ ਜੰਮੂ ਕਸ਼ਮੀਰ ਤੱਕ, ਸਾਰੇ ਪਾਸੇ ਮੇਰੇ ਭਾਈਆਂ ਦਾ, ਜ਼ਿਮੀਦਾਰਾਂ ਦਾ, ਸਾਰੇ ਬੰਦਿਆਂ ਦਾ ਹੀ ਬਹੁਤ ਪਿਆਰ ਮਿਲਿਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਠੀਕ ਹੈ, ਬਹੁਤ ਜ਼ਿਆਦਾ ਬੂਟਾ ਲਵਾਇਆ ਆਪਾਂ ਨੇ ਪੰਜਾਬ ਦੇ ਵਿੱਚ, ਹਰਿਆਣੇ 'ਚ, ਰਾਜਸਥਾਨ 'ਚ। ਠੀਕ ਹੈ, ਪਹਿਲਾਂ ਵੀ ਆਪਾਂ ਪੁਰਾਣਾ ਕੰਮ ਕਰਦੇ ਆਏ ਹਾਂ, ਲਾਂਬੇ ਵਾਲਾ ਕੋਈ ਕੰਮ ਨਹੀਂ ਹੈਗਾ। ਠੀਕ ਹੈ ਜੀ, ਕਿੰਨੇ ਸਾਲ ਹੋ ਗਏ ਆਪਾਂ ਨੂੰ ਇਹ ਕੰਮ ਕਰਦੇ ਨੂੰ? ਆਪਾਂ ਨੂੰ ਮਤਲਬ ਬਾਗਬਾਨੀ ਕਰਦਿਆਂ ਨੂੰ 23 ਸਾਲ ਹੋ ਗਏ, 23 ਸਾਲ ਬਾਗਬਾਨੀ ਦੇ ਵਿੱਚ, ਬਾਗਬਾਨੀ ਦੇ ਵਿੱਚ, ਬਾਗਾਂ ਦੇ ਬਾਰੇ ਆਪਾਂ ਨੂੰ, ਫਲਾਂ ਬਾਰੇ ਫੁੱਲ ਨੌਲੇਜ ਹੈ ਜੀ, ਤੇ ਫਲ ਬਾਗ ਲਗਾਏ ਵੀ ਨੇ ਆਪਾਂ ਨੇ, ਠੇਕੇ ਵੀ ਲਏ ਨੇ, ਮਤਲਬ ਸਾਰੇ ਮਤਲਬ ਕੰਮ ਕਰਦੇ ਰਹੇ ਹਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ। ਠੀਕ ਹੈ ਜੀ, ਹੁਣ ਆਪਾਂ ਬਾਗ ਲਗਾਉਣ ਦਾ ਸਿਸਟਮ ਤੋਰਿਆ ਹੋਇਆ ਕਿ ਚੈਨ ਬਣਾਈ ਆ ਬੂਟਿਆਂ ਦੀ। ਠੀਕ ਹੈ, ਬੂਟਿਆਂ ਦੀ ਗੱਲ ਕਰ ਲਈ ਆਪਾਂ, ਫਲਦਾਰ ਦੀ, ਫੁੱਲਾਂ ਦੀ, ਛਾਂਦਾਰ ਦੀ, ਹਾਂਜੀ, ਹਰ ਇੱਕ ਵੈਰਾਇਟੀ ਆਪਣੇ ਕੋਲ ਉਪਲਬਧ ਹੈ। ਠੀਕ ਹੈ ਜੀ, ਹਾਜ਼ਰ ਹੈ ਹਰ ਸਮੇਂ। ਠੀਕ ਹੈ, ਬਾਕੀ ਰਿਕੁਐਸਟ ਇਹ ਹੈ ਆਉਣ ਵਾਲੇ ਕਸਟਮਰਾਂ ਨੂੰ, ਮੇਰੇ ਭਾਈਆਂ ਨੂੰ ਵੀ, ਜਿਨ੍ਹਾਂ ਦਾ ਫੋਨ ਮੇਰੇ ਤੋਂ ਨਹੀਂ ਚੱਕਿਆ ਜਾਂਦਾ ਪਹਿਲੇ, ਮੈਂ ਕਹਿ ਦੂੰ ਵੀਡੀਓ ਸਟਾਰਟਿੰਗ ਦੇ ਵਿੱਚ ਹੀ, ਹਾਂਜੀ, ਤਾਂ ਉਹਦੇ ਲਈ ਸੋਰੀ, ਵਟਸਐਪ ਮੈਸੇਜ ਕਰੋ ਜਾਂ ਆਪਣੀ ਲੋਕੇਸ਼ਨ ਹੈ ਨਿਊ ਚੰਡੀਗੜ੍ਹ ਨਰਸਰੀ ਦੀ, ਧੂਰੀ ਦੀ, ਹਾਂਜੀ, ਉਹ 'ਤੇ ਗੂਗਲ 'ਤੇ ਸਰਚ ਕਰਕੇ ਆ ਜਾਓ। ਬਕਾਇਦਾ ਕਿਸੇ ਭਾਈ ਨੇ, ਵੀਰ ਨੇ ਬਾਗ ਲਾਉਣਾ, ਜ਼ਿਮੀਦਾਰ ਨੇ, ਵੱਡਾ 1 ਕਿੱਲੇ 2 ਕਿੱਲੇ 4 ਕਿੱਲੇ, ਵਰਾਇਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਹੋਊਗਾ, ਆ ਕੇ ਬਕਾਇਦਾ ਮੇਰੇ ਨਾਲ ਬੈਠ ਕੇ ਮੀਟਿੰਗ ਕਰੋ, ਕਿਹੜੀ ਸਾਈਡ ਤੋਂ ਆਏ ਹੋ। ਠੀਕ ਹੈ ਜੀ, ਤੇ ਤੁਹਾਨੂੰ ਦੱਸਾਂਗੇ ਵੀ ਆਪਣੀ ਸਾਈਡ ਕਿਹੜਾ ਬਾਗ ਚੱਲੂਗਾ, ਕਾਹਦੇ ਬੂਟੇ ਚੱਲ ਸਕਦੇ ਨੇ, ਕਿਹੜੇ ਕਾਮਯਾਬ ਹੋ ਸਕਦੇ ਨੇ। ਠੀਕ ਹੈ ਜੀ, ਜਾਣਕਾਰੀ ਦਿਓਗੇ ਪੂਰੀ ਜਾਣਕਾਰੀ ਜੀ ਉੱਥੇ ਤੋਂ? ਬਾਈ ਜੀ ਪਹਿਲਾਂ ਤੁਹਾਨੂੰ ਆਪਾਂ ਦੱਸ ਦਈ ਵੀ ਅਸੀਂ ਖੜਾ ਹੈ ਜੀ ਧੂਰੀ ਦੇ ਵਿੱਚ, ਤੇ ਬਾਈ ਜੀ ਨੰਬਰ ਸਕਰੀਨ ਦੇ ਉੱਤੇ ਹੈ ਜੀ। ਹਾਂਜੀ, ਦੱਸੋ ਬਾਈ ਜੀ, ਅਮਰੂਦ ਦਾ ਮਤਲਬ? ਦੇਖੋ ਤੁਸੀਂ ਅਮਰੂਦ ਦੇ ਸਕਦੇ ਹੋ, ਤਾਈਵਾਨ ਪਿੰਕ ਅਮਰੂਦ ਕਿਹਾ ਜਾਂਦਾ, ਦੇਖੋ ਵੀ ਤਾਈਵਾਨ ਪਿੰਕ ਅਮਰੂਦ ਹੈ ਜੀ, ਟੌਪ ਦੀ ਵਰਾਇਟੀ ਸਿਰੇ ਦੀ।
ਤੁਸੀਂ ਇਹਨੂੰ ਮੰਨ ਸਕਦੇ ਹੋ ਵੀ ਛੋਟੇ ਤੋਂ ਬੜੇ ਤੋਂ ਗਮਲੇ ਦੇ ਵਿੱਚ ਲਗਾ ਲਓ ਚਾਹੇ ਧਰਤੀ 'ਚ ਲਾ ਲਓ, ਠੀਕ ਹੈ ਜੀ, ਤੁਹਾਡੇ ਫੁੱਲ ਕਦੇ ਅਮਰੂਦ ਨਹੀਂ ਖਤਮ ਹੋਊਗਾ ਔਰ ਕਾਣਾ ਵੀ ਨਹੀਂ ਹੋਊਗਾ ਕਦੇ, ਠੀਕ ਹੈ ਜੀ, ਮਤਲਬ ਪੂਰਾ ਟੌਪ ਦੀ ਵਰਾਇਟੀ ਹੈ। ਗਮਲਿਆਂ 'ਚ ਲਾ ਲਓ, ਧਰਤੀ 'ਚ ਲਾ ਲਓ, ਜਿੰਨਾ ਮਰਜ਼ੀ ਲਾਓ, ਫਲ ਬਹੁਤ ਜ਼ਿਆਦਾ ਹੋਊਗਾ ਇਹਦਾ। 100 ਰੁਪਏ ਤੋਂ ਸਟਾਰਟ ਹੈ ਇਹਦੇ ਨਾਲ ਦਾ ਬੂਟਾ। ਹਾਂਜੀ ਹਾਂਜੀ, ਪਹਿਲਾਂ ਆਪਾਂ 50-50 ਨੂੰ ਵੀ ਵੇਚੇ ਨੇ ਬਹੁਤ, ਠੀਕ ਹੈ ਜੀ, ਹੁਣ ਉਹ ਸਟਾਕ ਖਤਮ ਹੋ ਚੁੱਕਿਆ। 100 ਤੋਂ ਲੈ ਕੇ 500 ਰੁਪਏ ਤੱਕ ਪੂਰਾ ਟੌਪ ਦਾ ਅਮਰੂਦ ਦਾ ਬੂਟਾ 2-3 ਸਾਲ ਦੀ ਏਜ ਵਾਲਾ ਆਪਣੇ ਕੋਲ ਮਿਲ ਜੂਗਾ ਤੁਹਾਨੂੰ ਹਰ ਵਕਤ। ਲੈ ਵੀ ਦੇਖ ਸਕਦੇ ਬਾਈ ਜੀ, ਸਾਈਜ਼ ਇੰਨਾ ਕੀ ਹੈਗਾ ਤੇ ਬਾਈ ਜੀ ਅਮਰੂਦ ਦਾ ਨਾਲ ਭਰਿਆ ਪਿਆ ਜੀ, ਭਰਿਆ ਪਿਆ, ਠੀਕ ਹੈ ਜੀ। ਲੈ ਗੱਲ ਕਰ ਲਈ ਅਮਰੂਦਾਂ ਦੀ, ਹਾਂਜੀ, ਘੱਟੋ ਘੱਟ 7-8 ਵਰਾਇਟੀਆਂ ਨੇ ਮੇਰੇ ਕੋਲ, 7-8 ਵਰਾਇਟੀਆਂ। ਹਾਂ, ਕਾਲੇ ਰੰਗ ਦਾ ਅਮਰੂਦ, ਹਾਂਜੀ, ਰੈੱਡ ਡਾਇਮੰਡ ਅਮਰੂਦ, ਹਾਂਜੀ, ਤਾਈਵਾਨ ਪਿੰਕ ਅਮਰੂਦ, ਹਾਂਜੀ, ਹਿਸਾਰ ਸਫੈਦਾ ਅਮਰੂਦ, ਤੇ 1K ਜੀ ਲਲਿਤ, VNR, ਐਪਲ ਕਰੋਸ, ਸਾਰੀ ਮਿਲ ਜਾਣਗੇ ਆਪਾਂ ਨੂੰ, ਠੀਕ ਹੈ ਜੀ। ਤੇ ਵਰਾਇਟੀ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ, ਬਾਗ ਲਗਾ ਲਓ, ਘਰਾਂ 'ਚ ਲਗਾ ਲਓ, ਛੱਤਾਂ 'ਤੇ ਲਗਾ ਲਓ, ਸਾਰੇ ਹਰ ਤਰ੍ਹਾਂ ਦੇ ਫਰੂਟ ਪਲਾਂਟ ਆਪਣੇ ਕੋਲ ਤੁਹਾਨੂੰ ਹਰ ਸਮੇਂ ਉਪਲਬਧ ਮਿਲਣਗੇ, ਠੀਕ ਹੈ ਜੀ। ਕੋਠੇ ਦੇ ਉੱਪਰ ਹੀ ਲਾ ਲਓ, ਚਾਹੇ ਕੋਠੇ 'ਤੇ ਲਾ ਲਓ ਜੀ। ਮਿੱਤਰੋ ਦੇਖਦਾ, ਜਿਹੜੇ ਮੇਰੇ ਵੀਰਾਂ ਕੋਲ ਜਗ੍ਹਾ ਨਹੀਂ ਹੈਗੀ ਬਾਈ ਜੀ, ਇਹ ਲੈ ਕੇ ਜਾਓ, ਕਿਉਂਕਿ ਬਾਈ ਜੀ ਗਮਲੇ ਦੇ ਵਿੱਚ ਤੁਸੀਂ ਇਹਨੂੰ ਅਮਰੂਦ ਨੂੰ ਲਾ ਸਕਦੇ ਹੋਗੇ, ਫਲ ਵੀ ਦੇਊਗਾ। ਗੱਲ ਕਰ ਲਈਏ ਕਿੰਨੂ ਦੀ, ਕਿੰਨੂ ਦੀ ਜੀ, ਸਪੈਸ਼ਲ ਕਿੰਨੂ ਆ, ਦੇਖੋ ਕਿੰਨਾ ਕੁ ਇਹਦਾ ਬੈਗ ਦਾ ਸਾਈਜ਼ ਹੈ, ਇਹਨੂੰ 2 ਸਾਲ ਹੋ ਗਏ ਸੀ ਫਲ ਖਾਂਦਿਆਂ ਨੂੰ। ਅੱਛਾ ਜੀ, ਉੱਪਰ ਹੀ ਪੱਕਦਾ ਪੂਰਾ ਵਧੀਆ, ਘੱਟੋ ਘੱਟ 10-10 ਕਿਲੋ ਕਿੰਨੂ ਇੱਕ ਗਮਲੇ ਦੇ ਵਿੱਚ, ਆਪਣੇ ਇੱਕ ਥੈਲੀ ਦੇ ਵਿੱਚ ਲੱਗਿਆ ਬੂਟਾ, ਇਹ ਲੱਗ ਸਕਦਾ ਸਾਡੇ ਲਵੇ। ਗਮਲਿਆਂ ਦੇ ਵਿੱਚ ਲੱਗਣ ਵਾਲੇ ਬੂਟੇ ਵੀ ਤੁਹਾਨੂੰ ਦਿਖਾ ਸਕਦਾ, ਠੀਕ ਹੈ ਜੀ। ਸਪੈਸ਼ਲ ਕਿੰਨੂਆਂ ਦੇ ਬੂਟੇ ਜੋ ਅਸੀਂ ਗਮਲਿਆਂ 'ਚ ਡਰੰਮਾਂ ਦੇ ਵਿੱਚ ਲਗਾਏ ਹੋਏ ਨੇ ਭਾਈ ਸਾਹਿਬ, ਜੋ ਆਪਣੇ ਜਗ੍ਹਾ ਨਹੀਂ ਹੁੰਦੀ ਕਿਸੇ ਮੇਰੇ ਵੀਰ ਕੋਲ, ਹਾਂਜੀ, ਉਹ ਤਾਂ ਡਰੰਮਾਂ ਦੇ ਵਿੱਚ ਲਾ ਕੇ ਆਪਣਾ ਬੂਟਿਆਂ ਦਾ ਫਲਾਂ ਦਾ ਸ਼ੌਂਕ ਪੂਰਾ ਕਰ ਸਕਦਾ। ਲੈ ਵੀ ਮਿੱਤਰੋ ਦੇਖ ਸਕਦੇ ਹੋ, ਇੱਦਾਂ ਦੇ ਡਰੰਮ ਦੇ ਵਿੱਚ ਤੁਸੀਂ ਬੂਟਾ ਲਾ ਕੇ ਬਾਈ ਜੀ ਫਲ ਖਾ ਸਕਦੇ ਹੋ, ਹਨਾ ਬਾਈ? ਹਾਂਜੀ 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 ਹਾਂਜੀ। ਬਾਕੀ ਇਹ ਬੂਟਾ ਬਹੁਤ ਜ਼ਿਆਦਾ ਫਲ ਦਿੰਦਾ ਔਰ ਰੰਗ ਬਹੁਤ ਵਧੀਆ ਇਹਦਾ, ਕਲਰਫੁੱਲ ਆਉਂਦਾ, ਮਿੱਠਾ ਬਹੁਤ ਆ ਖਾਣ ਦੇ ਵਿੱਚ, ਬਹੁਤ ਆ ਜੀ। ਇਹਦੀ ਵਰਾਇਟੀ ਪੂਰੀ 1 ਨੰਬਰ ਹੈ ਸਿਰੇ ਦੀ, ਜਿਹਦਾ ਫਲ ਬਹੁਤ ਹੀ ਜ਼ਿਆਦਾ ਵਧੀਆ ਰਹਿਣ ਵਾਲਾ ਹੈ, ਠੀਕ ਹੈ। ਬਾਕੀ ਗੱਲ ਕਰ ਲਈ ਆਪਾਂ ਅੰਬਾਂ ਦੀ, ਅੰਬ ਕਹਿੰਦੇ ਆਪਣੇ ਚੱਲਦਾ ਨਹੀਂ, ਹਾਂਜੀ, ਅੰਬ ਦੇਖੋ ਬਾਈ ਆ ਡਰੰਮ ਦੇ ਵਿੱਚ, ਤੋਂ ਅੰਬ ਤੋੜ ਕੇ ਖਾਧੇ ਨੇ ਹੁਣ ਨਵੇਂ, ਹਾਂ ਇਹ ਢੋਲ 'ਚ, ਔਰ ਨਵੇਂ ਪੱਤੇ ਕੱਢ ਲਏ ਅੰਬ ਨੇ ਔਰ ਨਵਾਂ ਮਤਲਬ ਦੁਬਾਰਾ ਚੱਲ ਪਿਆ, ਠੀਕ ਹੈ ਜੀ। ਇਹਨੂੰ ਵੀ ਅੰਬ ਬਹੁਤ ਜ਼ਿਆਦਾ ਆਉਂਦਾ ਹੈ। ਇੱਧਰ ਅਨਾਰ ਆ ਗਿਆ, ਅਨਾਰ ਦਿਖਾ ਸਕਦੇ ਹਾਂ, ਗਮਲੇ 'ਚ ਲੱਗਿਆ ਆ, ਇਹ ਵੀ ਗਮਲੇ 'ਚ, ਗਮਲੇ 'ਚ ਜੀ ਪੂਰਾ ਫਲ ਆਇਆ, ਠੀਕ ਹੈ ਜੀ। ਅੱਗੇ ਗੱਲ ਕਰ ਲਈਏ ਚੀਕੂ ਦੀ, ਲੈ ਵੀ ਚੀਕੂ ਦਿਖਾ ਦੇ ਗੁਰਪ੍ਰੀਤ, ਦੇਖੋ 12-ਮਾਸੀ ਚੀਕੂ, ਕਾਲਾ ਪੱਤੀ, ਉੱਪਰ ਹੀ ਪੱਕਣ ਵਾਲਾ, ਉੱਪਰ ਹੀ ਪੱਕਣ ਵਾਲਾ ਜੀ, ਪੂਰਾ ਵਧੀਆ ਔਰ ਪੂਰਾ ਭਰਿਆ ਪਿਆ। ਘੱਟੋ ਘੱਟ ਕੀ ਕਹਿ ਸਕਦੇ, ਇੰਨੇ ਕੁ ਬੂਟੇ ਨੂੰ ਹਾਂਜੀ 200 ਚੀਕੂ ਘੱਟੋ ਘੱਟ ਲੱਗਿਆ ਹੋਇਆ, ਐਡੇ ਕੁ ਨੂੰ, ਐਡੇ ਕੁ ਨੂੰ, ਲੈ ਵੀ ਦੇਖ, 100 ਰੁਪਏ ਤੋਂ ਬਾਈ ਸਟਾਰਟ ਹੈ ਚੀਕੂ ਦਾ ਬੂਟਾ, ਸਿਰਫ 100 ਰੁਪਏ ਤੋਂ, ਸਿਰਫ 100 ਰੁਪਏ ਤੋਂ, ਸਿਰਫ 100 ਰੁਪਏ ਤੋਂ ਚੀਕੂ ਦਾ ਬੂਟਾ ਬਾਈ ਜੀ ਸਟਾਰਟ ਹੈਗਾ। ਰੇਟ ਤੋੜ ਤੇ ਪੰਜਾਬੀਆਂ ਲਈ, ਹਰਿਆਣੇ ਲਈ, ਰਾਜਸਥਾਨ ਲਈ, ਸਾਰੇ ਮੇਰੇ ਪੰਜਾਬੀ ਵੀਰਾਂ ਲਈ, ਸਾਰੇ ਕਸਟਮਰਾਂ ਲਈ ਤੋੜ ਤੇ ਆਪਾਂ ਨੇ, ਠੀਕ ਹੈ ਵੀਰੇ, ਵੀ ਜ਼ਿਆਦਾ ਤੋਂ ਜ਼ਿਆਦਾ ਬੂਟੇ ਲੱਗ ਜਾਣ ਤੇ ਆਪਾਂ ਬਾਗ ਲਾ ਲਈਏ, ਧਰਤੀ 'ਚ ਲਾ ਲਈਏ, ਕਾਮਯਾਬ ਹੋਈਏ। ਡੈਕੋਰੇਸ਼ਨ ਆ ਗਈ ਜੀ, ਇਹ ਅਸੋਕਾ ਆ ਗਿਆ ਜੀ ਡੈਕੋਰੇਸ਼ਨ ਦੇ ਵਿੱਚ, ਇਹ ਆ ਗਿਆ ਬਾਈ ਜੀ ਡੈਕੋਰੇਸ਼ਨ ਵਾਸਤੇ। 100 ਰੁਪਏ ਦਾ ਸਿਰਫ ਪੌਦਾ ਜੀ, 100 ਰੁਪਏ ਦਾ, 100 ਰੁਪਏ ਦਾ ਪੌਦਾ, ਹਾਂਜੀ ਹਾਂਜੀ। ਦੇਖੋ ਜਾਮਣ ਆ ਗਈ, ਜਾਮਣ ਆ ਗਈਆਂ ਜੀ। ਦੇਖੋ ਅੰਬ ਦੀ ਗੱਲ ਕਰ ਲਈਏ, ਅੰਬ ਦੇ ਵਿੱਚ ਘੱਟੋ ਘੱਟ 12-13 ਵਰਾਇਟੀਆਂ ਮੇਰੇ ਕੋਲ ਹਾਜ਼ਰ ਨੇ ਅੰਬ। ਅੰਬ ਜੀ, ਅੰਬ 'ਚ ਦੇਖੋ ਕਿੱਡੇ ਕਿੱਡੇ ਬੂਟੇ ਨੇ ਸਾਡੇ ਕੋਲ, 150 ਤੋਂ ਸ਼ੁਰੂ ਹੋ ਕੇ 3000 ਤੱਕ ਮੇਰੇ ਕੋਲ ਅੰਬ ਦੇ ਬੂਟੇ ਪਏ ਆ, ਠੀਕ ਹੈ। ਉਹਦੇ ਅੰਦਰ ਜਿੰਨੇ ਰੇਟ ਵਾਲਾ ਤੁਸੀਂ ਲੈਣਾ ਚਾਹੋ ਤਾਂ ਲੈ ਸਕਦੇ ਹੋ, ਬਲਕ ਦੇ ਵਿੱਚ ਵਧੀਆ ਬੂਟੇ ਤੁਹਾਨੂੰ ਟੌਪ ਦੀ ਵਰਾਇਟੀ ਦੇ ਮਿਲਣਗੇ, ਠੀਕ ਹੈ ਜੀ। ਅਲਫੈਂਸੋ ਮਿਲ ਜੂ, ਕੇਸਰ ਮਿਲ ਜੂ, ਸਵਰ ਰੇਖਾ ਮਿਲ ਜੂ, ਅਮਰਪਾਲੀ ਮਿਲ ਜੂ, ਲਾਂਗੜਾ, ਚੌਸਾ, ਦੁਸਹਿਰੀ, ਬਲੈਕ ਸਟੋਨ, ਹਰ ਅੰਬ ਤੁਹਾਨੂੰ ਸਾਡੇ ਕੋਲੋਂ ਮਿਲਣ ਵਾਲਾ, ਠੀਕ ਹੈ ਬਾਈ ਜੀ। ਜੋ ਲਾਓਗੇ ਚੱਲੂਗਾ ਬੂਟਾ, ਠੀਕ ਹੈ। ਬਾਕੀ ਗੱਲ ਕਰ ਲਈਏ ਪਾਮ ਦੀ, ਦੇਖੋ ਕਿੱਡੇ ਕਿੱਡੇ ਸਾਈਜ਼ ਦੇ ਪਾਮ ਨੇ ਇਹ,
ਇਹਨਾਂ ਦੇ ਵੀ ਰੇਟ ਆਪਾਂ ਨੇ ਬਹੁਤ ਜ਼ਿਆਦਾ ਤੋੜਤੇ, ਘੱਟੋ ਘੱਟ 9-10 ਫੁੱਟ ਦੀ ਹਾਈਟ ਵਾਲਾ ਪਾਮ ਹੈ ਸਿਰਫ 600 ਰੁਪਏ ਦਾ, ਸਿਰਫ 600 ਰੁਪਏ ਹਾਂ, 10 ਤੋਂ ਵੱਧ ਪਲੱਸ ਹੀ ਹੋਊਗਾ, ਮੈਂ ਤਾਂ ਜਾਣ ਕੇ ਘੱਟ ਦੱਸ ਰਿਹਾ ਵੀ ਕਸਟਮਰ ਕਹਿ ਨਾ ਦੇਵੇ ਵੀ ਐਡਾ ਸੀਗਾ, ਸਿਰਫ 600 ਰੁਪਏ ਦਾ ਪਾਮ ਹੈ, ਸਿਰਫ 600 ਰੁਪਏ ਦੇ ਵਿੱਚ ਮੈਂ ਲੱਗਦਾ ਇਹਦੀ ਹਾਈਟ ਹੋਊਗੀ ਲਗਭਗ 11 ਫੁੱਟ ਮੰਗ, ਹਾਂ ਮੈਂ ਤਾਂ 8 ਹੀ ਕਹੂੰਗਾ ਜੀ, ਮੈਂ ਤਾਂ 11 ਫੁੱਟ ਹਾਈਟ ਹੋਊਗੀ, 11 ਚੱਲੂ ਮੰਨਾਂਗੇ ਤੁਹਾਡੀ ਗੱਲ, ਲੇਕਿਨ ਮੈਂ 8 ਫੁੱਟ ਦਾ ਮੰਨ ਕੇ ਚੱਲੂਗਾ, ਠੀਕ ਹੈ ਜੀ, 600 ਰੁਪਏ ਦਾ ਦਮਾ, ਦੇਖੋ ਫੁੱਲ ਸਟਾਕ ਪਿਆ, ਫਿਰ ਉਸ ਤੋਂ ਬਾਅਦ ਰੇਟ ਵੱਧ ਹੀ ਜਾਂਦੇ ਨੇ, ਪੂਰੇ ਵਧੀਆ ਪਾਮ ਫਰੈਸ਼ ਦੇ ਵਿੱਚ, ਪਾਰਕਾਂ 'ਚ ਲਾ ਲਓ, ਕੋਠੀਆਂ 'ਚ ਲਾ ਲਓ, ਠੀਕ ਹੈ ਜੀ, ਇਹ ਵੀ ਟੌਪ ਵਰਾਇਟੀ ਆਪਣੇ ਕੋਲ ਪਈ, ਬਸ ਉੱਥੇ ਬੈਠ ਕੇ ਗੱਲ ਨਾ ਕਰੋ, ਸਾਡੇ ਨਾਲ ਨਰਸਰੀ ਪੁੱਜੋ ਔਰ ਬੂਟੇ ਕਢਾ ਕੇ ਰੇਟ ਕਰਕੇ ਲੈ ਕੇ ਜਾਓ, ਆ ਗਿਆ ਜੀ ਬਾਈ ਜੀ, ਖਜੂਰ ਆ ਗਈ, ਜਿਹੜੀ ਆਪਾਂ ਸ਼ੋਅ ਵਾਲੀਆਂ ਖਜੂਰਾਂ ਲਾਈ ਜਾਂਦੇ ਹਾਂ ਉਹ ਤੋਂ ਕਿਤੇ ਵਧੀਆ ਖਜੂਰ ਹੈ, ਜਿਹਨੂੰ ਫਲ ਵੀ ਆ ਰਿਹਾ ਹਾਂਜੀ, ਔਰ ਆਪਣਾ ਸ਼ੋਅ ਦਾ ਵੀ ਸ਼ੌਕ ਪੂਰਾ ਹੋ ਰਿਹਾ, ਠੀਕ ਹੈ ਜੀ, ਔਰ ਗੋਲਡਨ ਰੰਗ ਦੀ ਮਤਲਬ ਖਜੂਰ ਹੈ, ਖਾਣ ਦੇ ਵਿੱਚ ਬਹੁਤ ਫਾਇਦਾ ਇਹਦਾ ਆਪਾਂ ਨੂੰ, ਇਹ ਆਪਾਂ ਲਾਈਏ, ਇਹ ਕਿੰਨੇ ਰੁਪਏ ਦੀ ਹੈ ਬਾਈ ਜੀ? ਉਹ ਰੇਟ 150 ਰੁਪਏ ਤੋਂ ਸ਼ੁਰੂ ਹੋ ਗਏ ਜੀ, ਸਿਰਫ 5 ਜੀ, ਹਾਂ 3,350 ਤੱਕ ਇਹਦਾ ਰੇਟ ਮਿਲੂਗਾ, ਸਾਰੇ ਸਾਈਜ਼ ਪਏ ਨੇ, ਜੋ ਤੁਸੀਂ ਸਾਈਜ਼ ਪਏ, ਤੁਸੀਂ ਜਿੰਨੇ ਵਾਲਾ ਕਹੋਗੇ ਉਹਨੇ ਵਾਲਾ ਦੇ ਦਾਂਗੇ, ਫੁੱਲ ਸਟਾਕ ਪਿਆ ਜੀ, ਠੀਕ ਹੈ, ਜਗ੍ਹਾ ਕਿੰਨੀ ਕੁ ਚਾਹੀਦੀ ਇਹਨੂੰ ਲਾਉਣ ਵਾਸਤੇ? ਜਗ੍ਹਾ ਬਾਈ 10x10 ਤੇ ਲਾ ਲਓ, 10x10 ਤੇ ਲਾ ਲਓ, ਫਲ ਆਊਗਾ ਪੂਰਾ, ਫੁੱਲ ਗਰੰਟੀ ਹੈ ਫਲ ਦੀ, ਠੀਕ ਹੈ ਜੀ, ਹਾਂਜੀ ਹਾਂਜੀ, ਬਾਕੀ ਆ ਜਾਓ, ਤੁਹਾਨੂੰ ਦਿਖਾ ਦਿੰਦੇ ਹਾਂ ਹੋਰ ਵਰਾਇਟੀਆਂ ਜਿਹੜੀਆਂ ਆਪਾਂ ਨੇ ਅੱਜ ਕੱਲ੍ਹ ਨਾਮ ਘੱਟ ਸੁਣੇ ਆ, ਹਾਂਜੀ ਹਾਂਜੀ, ਗੱਲ ਕਰ ਲਈਏ ਆਪਣੇ ਕੋਲ ਕਾਜੂ ਦੇ ਬੂਟੇ ਆ ਗਏ, ਕਾਜੂ ਦਿਖਾਓ, ਕਾਜੂ ਦੇਖੋ ਬਾਈ, ਕਾਜੂ ਪੂਰਾ ਸਿਰੇ ਦਾ ਬੂਟਾ, ਕਾਜੂ ਦਾ ਮਿੱਤਰੋ, ਇਹ ਆਪਣੇ ਹੋ ਜੂ ਪੰਜਾਬ ਦੇ ਵਿੱਚ, ਮੈਂ ਕਿਹਾ ਜੀ ਪੂਰਾ ਕਾਮਯਾਬ ਆ ਕਾਜੂ, ਅੱਛਾ ਜੀ, ਬੂਟਾ ਦਾ ਜੋ ਆਪਣੀ ਪੰਜਾਬ ਦੀ ਧਰਤੀ 'ਚ ਲਾ ਲਿਆ ਉਹ ਚੱਲ ਗਿਆ ਜੀ, ਚੱਲ ਗਿਆ, ਚੱਲੂਗਾ, ਸਹੀ ਗੱਲ, ਸੋਹਣਾ ਉਗਦੀ ਹੈ ਜੀ, ਸਿਉਂਕ ਨਾਲ ਕੋਈ ਬੂਟਾ ਮਰ ਸਕਦਾ ਲੇਕਿਨ ਦੂਏ ਲੋੜ ਨਹੀਂ ਬੂਟਾ ਖਤਮ ਹੋ ਸਕਦਾ, ਠੀਕ ਹੈ, ਹਾਂ ਇਹ ਮਿੱਤਰੋ, ਇਹ ਹੈਗਾ ਕਾਜੂ, ਬਦਾਮ ਹੈਗੇ ਨੇ ਉਰੇ? ਬਦਾਮ ਤਾਂ ਜੀ ਸਟਾਕ ਦੇ ਸਟਾਕ ਪਏ ਨੇ, ਵਧੀਆ ਟੌਪ ਦੇ ਬਦਾਮ ਵੀ ਮਿਲ ਜਾਣਗੇ, ਮੈਂ ਕਿਹਾ ਤੁਹਾਨੂੰ ਆਪ ਲੱਗਦਾ ਸ਼ੌਕ ਵੀ ਇੱਕ ਬੂਟਾ ਤੁਸੀਂ ਅੱਜ ਲਿਜਾਣਾ ਚਾਹੁੰਦੇ ਵੀ ਅਸੀਂ ਵੀ ਲਾ ਲਈਏ ਆਪਣੇ ਘਰ, ਲੈ ਜਾਾਂਗੇ, ਹਾਂ ਜੀ, ਆਹੀ ਗੱਲ ਹੈ, ਤੇ ਮਿੱਤਰੋ ਇਹ ਹੈਗਾ ਕਾਜੂ ਬਾਈ ਜੀ, ਦੇਖ ਸਕਦੇ ਹੋ, ਉਸ ਤੋਂ ਬਾਅਦ ਬਾਈ ਗੱਲ ਕਰ ਲੈਂਦੇ ਆਪਾਂ ਐਵਾਕਾਡੋ ਐਚ ਹਾਂਸ ਵਰਾਇਟੀ, ਐਵਾਕਾਡੋ ਆ ਗਿਆ, ਐਵਾਕਾਡੋ ਓਰੀਜਨਲ ਦੇ ਵਿੱਚ, ਓਰੀਜਨਲ ਦੇ ਵਿੱਚ ਜਿਹੜਾ 2 ਸਾਲ ਦੇ ਅੰਦਰ ਅੰਦਰ ਫਲ ਚੱਕਣ ਵਾਲਾ, ਵੱਡੇ ਵੱਡੇ ਬੂਟੇ ਵੀ ਪਏ ਨੇ ਆਪਣੇ ਕੋਲ, ਠੀਕ ਹੈ ਜੀ, ਗਰੰਟੀ ਦੇਵੋਂਗੇ? ਹਾਂਜੀ ਹਾਂਜੀ, ਓਰੀਜਨਲ ਦੀ ਗਰੰਟੀ ਹੈ, ਬੂਟੇ ਲਾਓ ਮੇਰੇ ਭਾਈ ਚੰਡੀਗੜ੍ਹ ਤੋਂ ਆਓ, ਜਿਹੜੇ ਪਾਸੇ ਮਰਜ਼ੀ ਆਓ, ਪਰ ਆ ਕੇ ਵਿਜਿਟ ਕਰਕੇ ਆਪ ਬੂਟੇ ਲੈ ਕੇ ਜਾਓ, ਰਿਕੁਐਸਟ ਹੈ ਕਿ ਫੋਨ ਤੇ ਨਹੀਂ ਗੱਲ ਇੰਨੀ ਹੁੰਦੀ, ਤੁਸੀਂ ਆਪ ਉਰੇ ਸਾਡੇ ਨਾਲ ਮੀਟਿੰਗ ਕਰੋ ਵੀ ਸਾਨੂੰ ਬੂਟਾ ਸਾਡੇ ਚੱਲੂ ਨਹੀਂ ਚੱਲੂ, ਉਹ ਆ ਕੇ ਸਾਡੇ ਨਾਲ ਉਰੇ ਬਕਾਇਦਾ ਅਸੀਂ ਉਹ ਬੂਟਾ ਦੇਵਾਂਗੇ ਜਿਹੜਾ ਚੱਲੂਗਾ ਪੰਜਾਬ ਦੀ ਧਰਤੀ ਤੇ, ਸਹੀ ਗੱਲ ਹੈ, ਸਹੀ ਗੱਲ, ਹੋਰ ਕੀ ਦਿਖਾਓਗੇ? ਬਾਕੀ ਬਾਈ ਸੀਤਾ ਫਲ ਬਹੁਤ ਆਈਟਮਾਂ ਨੇ ਜੀ, 64 ਵਰਾਇਟੀਆਂ ਨੇ ਫਲਾਂ ਦੀਆਂ, ਜਿਹੜੀਆਂ ਆਪਣੇ ਕਿਹੜੇ ਕਿਹੜੇ ਫਲ ਹੋਣਗੇ ਆਪਣੇ ਨਾਲ, ਤਾਂ ਬਾਈ ਤੁਸੀਂ ਗੱਲ ਕਰ ਲਓ, ਲੈ ਮੈਂ ਪਾਣੀ 'ਚ ਵੜ ਜਾਂਦਾ ਤੁਹਾਨੂੰ ਹੁਣ, ਮੈਂ ਦਿਖਾਵਾਂ, ਲੈ ਤੁਸੀਂ ਗੱਲ ਕਰ ਲਓਗੇ ਮਸੰਮੀ ਦੀ, ਵੀ ਇੰਨਾ ਕੁ ਬੂਟਾ ਮਸੰਮੀਆਂ ਲੱਗੀਆਂ ਹੋਈਆਂ, ਲੈ ਵੀ ਮਿੱਤਰੋ ਦੇਖ ਸਾਈਜ਼ ਦੇਖੋ ਮਸੰਮੀ ਦਾ, ਮੈਂ ਸਾਈਜ਼ ਦੀ ਗੱਲ ਕਰਦਾ, ਲਿਆ ਵੀ ਸਤਪਾਲ ਛੁਰੀ ਲਿਆ ਚੱਕ ਕੇ ਬਾਈ, ਦਿਖਾਉਣਾ ਮੈਂ ਤੁਹਾਨੂੰ ਇੱਕ, ਲੈ ਸਾਈਜ਼ ਦੇਖਦੇ ਆਪਾਂ, ਤੇ ਅੰਦਰੋਂ ਮਿੱਟੀ ਹੋਊਗੀ ਜਮਾ, ਮੈਂ ਕਿਹਾ ਉਹੀ ਖਾ ਕੇ ਦਿਖਾਉਣੀ ਹੈ, ਲੈ ਇੱਕ ਮਿੰਟ ਦੇਖ ਲੈ ਫਿਰ, ਲਓ ਜੀ ਬਾਈ ਜੀ ਤੁਹਾਨੂੰ ਹੁਣ ਦਿਖਾਉਣ ਜਾ ਰਿਹਾ ਮਸੰਮੀ, ਹਾਂਜੀ, ਜਿਹਦੀ ਆਪਾਂ ਗੱਲ ਕਰਦੇ ਤੇ ਵੀ ਕਿੰਨੀ ਕੁ ਵਧੀਆ ਹੋ ਸਕਦੀ ਹੈ, ਕਿੰਨੀ ਕੁ ਮਿੱਠੀ ਹੋ ਸਕਦੀ ਹੈ, ਸਵਾਦ ਉਹਦਾ ਮੈਂ ਹੀ ਦੱਸ ਸਕਦਾ ਕਿਉਂਕਿ ਔਨਲਾਈਨ ਕੈਮਰੇ ਦੇ ਵਿੱਚ ਮੈਂ ਟੇਸਟ ਦਾ ਤੁਹਾਨੂੰ ਪਤਾ ਨਹੀਂ ਲੱਗਣਾ ਹੈਗਾ ਵੀ ਹਾਂ ਵਾਕਈ ਟੇਸਟ ਹੈ, ਬਹੁਤ ਵਧੀਆ, ਆਹ ਲਓ ਦੇਖੋ ਤੁਹਾਡੇ ਸਾਹਮਣੇ ਮਸੰਮੀ, ਜਿਹੜੀ ਆਪਾਂ ਮਤਲਬ ਆਪਾਂ ਜੂਸ ਲੈ ਕੇ ਮਾਰਕੀਟ ਦੇ ਵਿੱਚ ਪੀਂਦੇ ਹਾਂ, ਇੱਕ ਨੰਬਰ ਜੂਸ ਹੈ, ਟੇਸਟ ਦੇ ਸਕਦਾ, ਮੈਂ ਝੂਠ ਬੋਲਣ ਵਾਲੀ ਗੱਲ ਨਹੀਂ ਕਰਦਾ, ਤੁਸੀਂ ਆਪ ਚੈੱਕ ਕਰ ਸਕਦੇ ਹੋ ਲਾਈਵ, ਮਿੱਠੀ ਦੱਸਿਓ, ਸੱਚ ਦੱਸਿਓ, ਹਾਂਜੀ, ਵੀਡੀਓ ਦੇ ਵਿੱਚ ਝੂਠ ਨਹੀਂ ਬੋਲਣਾ, ਦੇਖੋ ਖਾ ਕੇ ਹਕੀਕਤ ਦੱਸਿਓ ਵੀ ਖੱਟਾ ਪਾਣਾ ਕਿ ਮਿੱਠਾ ਪਾਣਾ, ਜਮਾ ਵਾ ਜੀ ਮਿੱਠੀ ਹੈਗੀ, ਜੋ ਗੱਲ ਕਹੀ ਆ ਉਹ ਹਕੀਕਤ ਹੈ, ਹਕੀਕਤ ਆ ਜਮਾ ਜੀ, ਦੇਖੋ ਰਸ ਦੇਖ ਸਕਦੇ, ਰਸ ਦੇਖੋ ਨਾ, ਜੂਸ ਕਿੰਨਾ ਕੁ ਨਿਕਲ ਸਕਦਾ ਓਰੀਜਨਲਿਟੀ ਦੇ ਵਿੱਚ, ਦੇਖ ਸਕਦੇ ਹੋ, ਲਓ ਦੇਖ ਇੱਧਰ ਦਿਖਾ ਦੇ ਰਸ ਬਾਈ, ਅਸਲੀ ਦੇ ਵਿੱਚ ਦੇਖੋ ਰੰਗ ਵੀ ਉਹ ਹੈ ਜਿਹਦਾ ਆਪਾਂ ਪੂਰਾ ਮਤਲਬ ਸਿਰੇ ਦਾ ਜੂਸ ਪੀਂਦੇ ਆ, ਇਹ ਓਰੀਜਨਲ ਮਸੰਮੀ ਹੈ ਜੀ, ਓਰੀਜਨਲ ਮਸੰਮੀ ਹੈ ਜੀ, ਜਿਹਨੂੰ ਅਸਲੀ ਟੇਸਟ ਔਰ ਖਾਣ ਦੇ ਵਿੱਚ ਇੱਕ ਨੰਬਰ, ਹਾਂਜੀ, ਸਵਾਦ ਪੂਰੀ ਹੈ, ਸਵਾਦ ਪੂਰੀ, ਜੇ ਆਪਾਂ ਇਹਨੂੰ ਕੱਟ ਕੇ ਐਂ ਚੂਸਾਂਗੇ ਜਿਹੜੀ ਇਹਦੀ ਸਮੈਲ ਹੈ ਆਪਣੇ ਨੱਕ ਦੇ ਵਿੱਚ ਜਾਊਗੀ, ਹਾਂਜੀ, ਤਾਂ ਆਪਣੇ ਜਿਹੜੇ ਸੈੱਲ ਘੱਟ ਜਾਂਦੇ ਨੇ, ਹਾਂਜੀ,
ਲੇਬਰ ਤੇ ਸੋ ਜਾਂਦੀ ਹੈ, ਗਰਮੀ ਵੱਧ ਜਾਂਦੀ ਹੈ, ਉਹਦੇ ਵਾਸਤੇ ਬੈਸਟ ਹੈ ਬਾਈ ਜੀ, ਇੱਕ ਨੰਬਰ ਆ ਗਈ, ਇੱਕ ਨੰਬਰ ਹੈ, ਇਹਦੇ ਉੱਪਰ ਕੋਈ ਚੀਜ਼ ਨਹੀਂ ਹੈਗੀ। ਇਹ ਤਾਂ ਬਾਈ ਜੀ ਇੱਕ ਇੱਕ ਬੂਟਾ ਆਪਦੇ ਘਰ ਦੇ ਵਿੱਚ ਮੈਂ ਕਹਿੰਦਾ ਵੀ ਲਾਈ ਲਓ, ਕਿਉਂਕਿ ਬਾਈ ਜੀ ਸਾਈਜ਼ ਤੁਸੀਂ ਚੈੱਕ ਕਰ ਲਓ, ਮਾਸਾ ਮਾਸਾ 4 ਕੁ ਫੁੱਟ ਦਾ ਹੋਊਗਾ ਤੇ ਭਰਿਆ ਪਿਆ ਹੈਗਾ। ਹਾਂਜੀ ਹਾਂਜੀ ਹਾਂਜੀ। ਅੱਗੇ ਦਿਖਾਉਣੇ ਬਾਈ ਜੀ ਤੁਹਾਨੂੰ ਅੰਬ, ਬਾਲੀ ਜ਼ਿਆਦਾ ਵਰਾਇਟੀ ਆ ਬਾਈ ਉਰੇ ਧੂਰੀ ਵਾਲਿਆਂ ਕੋਲ, ਹੈ ਨਾ। ਹਾਂਜੀ ਤੁਸੀਂ ਇੱਕ ਵਾਰ ਜ਼ਰੂਰ ਇੱਥੇ ਬਾਈ ਜੀ ਆਓ ਤੇ ਲੈ ਕੇ ਜਾਓ ਇੱਕ ਇੱਕ ਬੂਟਾ ਪੱਕਾ। ਲੈ ਵੀ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਂਦੇ ਹਾਂਗੇ, ਹੈਰਾਨ ਰਹਿ ਜਾਓਗੇ ਤੁਸੀਂ, ਬੂਟਾ ਚੈੱਕ ਕਰੋ ਪਹਿਲਾਂ ਤਾਂ ਅੰਬ ਦਾ। ਹਾਂਜੀ ਸਾਈਜ਼ ਮੈਨੂੰ ਲੱਗਦਾ ਹੋਊਗਾ ਮਸਾਂ ਮਸਾਂ 10 ਕੁ ਫੁੱਟ ਦਾ। ਦੱਸੋ ਬਾਈ ਜੀ ਖਾਸੀਅਤ ਕੀ ਹੈ ਇਹਦੀ? ਖਾਸੀਅਤ ਜੀ ਪੂਰਾ ਟੋਪ ਦਾ ਹਾਂਜੀ ਅੰਬ ਹੈ, ਪੂਰਾ ਸਿਰੇ ਦਾ, ਸਿਰੇ ਦਾ ਗੱਲ ਕਰ ਲਈ ਅੰਬ ਦੀ, ਹਾਂਜੀ ਨਜ਼ਾਰਾ ਆ ਜਾਊਗਾ। ਜੇ ਕੱਟ ਕੇ ਦਿਖਾ ਦਈਏ ਹਾਂਜੀ ਹੋਰ ਨਜ਼ਾਰਾ ਆ ਜਾਊਗਾ, ਹਾਂਜੀ ਆ ਜਾਊਗਾ। ਜੇ ਖਾ ਕੇ ਦਿਖਾ ਦਈਏ ਫਿਰ ਉਦੋਂ ਵੱਧ ਨਜ਼ਾਰਾ ਆ ਜਾਊਗਾ। ਲੈ ਕਰਦੇ ਆਪਾਂ ਦੁੱਖ ਤੋੜ ਦੂ ਫਿਰ ਤਾਂ, ਮੈਂ ਤਾਂ ਕਹਿਣਾ ਜੀ ਦੁੱਖ ਤੋੜ ਦੂ, ਇੰਨੇ ਅੰਬ ਲੱਗੇ ਤੇ ਮੇਰੇ ਉਰੇ ਬਾਂਦਰ ਆਉਂਦੇ ਨੇ ਬੈਕ ਸਾਈਡ ਤੋਂ ਉਹ ਲੈ ਜਾਂਦੇ ਨੇ ਤੋੜ ਕੇ। ਆਹ ਦੇਖ ਲਓ ਟੱਕ ਵੀ ਮਾਰ ਗਿਆ ਤੁਹਾਨੂੰ ਮੈਂ ਤੋੜ ਕੇ, ਹਕੀਕਤ ਦਿਖਾਉਣਾ। ਇਹਦੇ ਨਾਲ ਦੇ ਬੂਟੇ ਉਹ ਸਾਹਮਣੇ ਮਾਰੋ ਕੈਮਰਾ ਜੀ, ਕਿੰਨੇ ਬੂਟੇ ਪਏ ਨੇ ਆਪਣੇ ਕੋਲ, ਸਹੀ ਗੱਲ ਹੈ ਆਹ ਪਏ ਨੇ ਨਾ 150 ਰੁਪਏ ਤੋਂ ਲੈ ਕੇ ਹਾਂਜੀ 150 ਤੋਂ 300 ਹਜ਼ਾਰ 800 1200 1500 ਠੀਕ ਹੈ ਜੋ ਤੁਸੀਂ ਸੋਚ ਕੇ ਹੋ ਵੀ ਸਾਨੇ ਇੰਨੇ ਰੇਟ ਵਾਲਾ ਬੂਟਾ ਲੈਣਾ ਹੈ ਹਾਂਜੀ ਉਹਨੇ ਰੇਟ ਵਾਲਾ ਹੀ ਮੈਂ ਬੂਟਾ ਦੇ ਦੂੰਗਾ ਤੁਹਾਨੂੰ ਠੀਕ ਹੈ ਗੱਲ ਕਰਨ ਦੀ ਉਹ ਲੋੜ ਨਹੀਂ ਹੈਗੀ ਟੈਨਸ਼ਨ ਲੈਣ ਦੀ ਲੋੜ ਨਹੀਂ
ਜਾਵੇ, ਹਜੇ ਇਹਨੇ ਪੀ ਲਾ। ਇਹ ਇਹਦੀ ਇੱਕ ਹੋਰ ਖਾਸੀਅਤ ਹੈ, ਹਾਂਜੀ, ਇਹਨੇ ਹਜੇ ਇੱਕ ਮਹੀਨੇ ਨੂੰ ਪੱਕਣਾ ਸੀ, ਆਪਾਂ ਨੇ ਪਹਿਲਾਂ ਤੋੜਿਆ, ਸਾਰੇ ਅੰਬ ਮਾਰਕੀਟ ਚੋਂ ਖਤਮ ਹੋ ਜਾਣਗੇ। ਇਹ ਅੰਬ ਚੱਲੂ ਆਪਣੀ ਉਹ ਚੁਆਇਸ ਜਦ ਪੂਰੀ ਕਰੂਗਾ, ਜਦੋਂ ਆਪਣੇ ਆ ਮਾਰਕੀਟ 'ਚ ਅੰਬ ਨਹੀਂ ਮਿਲੂਗਾ, ਠੀਕ ਹੈ ਜੀ, ਉਦੋਂ ਇਹਨੇ ਅੰਬ ਨੇ ਚੱਲਣਾ। ਲੈ ਮਿੱਤਰੋ, ਇਹ ਤਾਂ ਤੁਸੀਂ ਲੈ ਕੇ ਪੱਕਾ ਜਾਓ ਯਾਰ, ਹਾਂਜੀ ਹਾਂਜੀ ਹਾਂਜੀ, ਦੇਖਿਆ ਇਹਦਾ ਕਿਵੇਂ ਹੋਊਗਾ ਟੇਸਟ। ਪੂਰਾ ਵਧੀਆ ਜੀ, ਲਓ ਮਿੱਠਾ ਬਾਈ ਜੀ, ਟੇਸਟ ਕਿੰਨਾ ਵਧੀਆ, ਹੁਣੇ ਮਿੱਠਾ ਹੈ, ਦੇਖੋ ਖੁਸ਼ਬੂ ਕਿੰਨੀ ਆਈ ਹੈ ਕੱਟੇ ਦੀ, ਸੈਂਟਰ ਪੂਰਾ ਅੰਬ ਹੈ, ਪੂਰਾ ਵਧੀਆ ਜੀ, ਪੂਰਾ ਵਧੀਆ ਜੀ, ਹਾਂ ਜੀ, ਸਾਡੇ ਕੋਲ ਨਰਸਰੀ 'ਚ ਲਾਏ ਹੋਏ ਨੇ ਨਾ ਨਾਲ ਦੇ ਬੂਟੇ, ਅੱਛਾ ਜੀ, ਅਗਲੇ ਸਾਲ ਕਸਟਮਰਾਂ ਨੂੰ ਐਨ ਆਹ ਬੂਟਾ ਐਂ ਹੋ ਗਿਆ ਸੀ ਬਾਈ ਜੀ ਵੀ ਇਹ ਚੱਲਦਾ ਨਹੀਂ, ਆਹ ਬੂਟਾ, ਹਾਂ, ਦੇਖਣ ਨੂੰ ਐਂ ਲੱਗਦਾ, ਦੇਖ ਲਓ ਦੁਬਾਰਾ ਪੱਤੇ ਸਾਰੇ ਝਾੜ ਕੇ ਦੁਬਾਰਾ ਬੂਟਾ ਚੱਲ ਪਿਆ, ਠੀਕ ਹੈ ਜੀ, ਐਂ ਨਹੀਂ ਹੁੰਦਾ ਜਿਹੜਾ ਬੂਟਾ ਉਹਦੇ ਖਰਾਬ ਹੋ ਜਾਂਦਾ, ਸਾਡੇ ਕੋਲੋਂ ਜਾੜੇ ਲੈ ਜਾਂਦੇ, ਮੈਂ ਉਹ ਵੀ ਬੂਟਾ ਲਾ ਦਿੰਦਾ ਧਰਤੀ 'ਚ, ਉਹ ਵੀ ਲਾ ਦਿੰਦੇ ਹੋ ਜੀ, ਉਹ ਵੀ ਚੱਲਦਾ। ਹੋਰ ਕੀ ਦਿਖਾਓਗੇ ਹੁਣ ਜੀ ਬਾਈ? ਬਦਾਮ ਦੀ ਗੱਲ ਕਰ ਲੈਂਦੇ ਆਪਾਂ, ਹਾਂਜੀ, ਬਦਾਮ ਦਿਖਾਉਣਾ ਤੁਹਾਨੂੰ ਯਾਰ, ਲਾ ਦੇਖੋ ਬਾਈ, ਬਦਾਮ ਦਾ ਫੁੱਲ ਸਟਾਕ, 7 ਫੁੱਟ ਹਾਈਟ, ਪਹਿਲੇ ਸਾਲ ਫਲ ਓਰੀਜਨਲ ਦੀ ਗਰੰਟੀ, ਹਾਂਜੀ, ਕਸ਼ਮੀਰੀ ਬਦਾਮ ਹੈ ਜਿਹੜਾ ਉੱਪਰੀ ਪੱਕਦਾ ਔਰ ਵਿੱਚੋਂ ਹਿੜਕ ਕੱਢ ਕੇ ਕੱਚੀ, ਹਾਂਜੀ, ਖਾ ਲਓ, ਉਹਦਾ ਮੈਂ ਕਹਿੰਦਾ ਪੂਰੀ ਤਾਕਤ ਹੈ ਨਾ, ਗਰਮ ਇਹ ਆਪਣੇ ਹੋਊ ਪੰਜਾਬ ਪੂਰਾ ਕਾਮਯਾਬ ਹੋਊਗਾ ਜੀ, ਇਹਨੂੰ ਬਦਾਮਾਂ ਦੇ ਪੂਰੇ ਓਰੀਜਨਲ ਬੂਟੇ ਨੇ, ਐਸੀ ਗੱਲ ਨਹੀਂ ਹੈਗੇ ਵੀ ਆਪਾਂ ਬੂਟੇ ਕੋਈ ਇਹ 'ਚ ਕੋਈ ਕੰਪਰੋਮਾਈਜ਼ ਕਰਦੇ ਹਾਂ ਵਰਾਇਟੀ 'ਚ। ਲੈ ਵੀ ਮਿੱਤਰੋ, ਮੈਨੂੰ ਲੱਗਦਾ ਹੁਣ ਤਾਂ ਬਸ ਘਾਟ ਤੁਹਾਡੀ ਆ, ਹਾਂਜੀ, ਇੱਕ ਵਾਰ ਇੱਥੇ ਆਓ, ਮੈਂ ਕਹਿੰਦਾ ਵੀ ਫੋਨ ਤੇ ਟਾਈਮ ਵੇਸਟ ਨਾ ਕਰੋ, ਹਾਂਜੀ, ਆਓ, ਬਹੁਤ ਸੋਹਣਾ ਸਮਾਂ, ਬਹੁਤ ਵਧੀਆ ਰੁੱਤ ਆ ਗਈ ਬੂਟੇ ਲਾਉਣ ਦੀ, ਫਿਰ ਅਗਲੇ ਸਾਲ ਹੀ ਆਉਣੀ ਆ, ਸਾਲ ਆਪਾਂ ਪਿੱਛੇ ਰਹਿ ਜਾਣਾ, ਸਹੀ ਗੱਲ ਹੈ, ਤੇ ਆਪਾਂ ਜੇ ਪਹਿਲਾਂ ਐਡਵਾਂਸ ਦੇ ਵਿੱਚ ਲਾ ਦਈਏ, ਹੁਣ ਇੱਕ ਸਾਲ ਦੇ ਪੂਰਾ ਪਹਿਲਾਂ ਲਾ ਦਈਏ, ਅਗਲੇ ਸਾਲ ਆਪਾਂ ਫਲ ਖਾਂਦੇ ਹੋ ਜਾਵਾਂਗੇ, ਠੀਕ ਹੈ ਜੀ, ਜ਼ਿਆਦਾ ਤੋਂ ਜ਼ਿਆਦਾ ਮੇਰੇ ਭਾਈ ਜੀ ਇਹਨਾਂ ਨੂੰ 5-4 ਬੂਟਿਆਂ ਦੀ ਵੀ ਲੋੜ ਹੈ, ਹਾਂਜੀ, 2 ਘਰ 3 ਘਰ ਰਲ ਕੇ ਗੱਡੀ ਲੈ ਕੇ ਆ ਜਾਓ, ਕਾਰ ਦੇ ਵਿੱਚ ਵੀ ਬੂਟੇ ਚਲੇ ਜਾਣਗੇ, 20-25-30 ਬੂਟੇ ਅਲਟੋ ਕਾਰ ਦੇ ਵਿੱਚ ਚਲੇ ਜਾਣਗੇ, ਖਰਚਾ ਨਹੀਂ ਜ਼ਿਆਦਾ ਪੈਂਦਾ ਹੈਗਾ,
ਤੁਹਾਨੂੰ ਉਹ ਵੀ ਜੇ ਬਾਹਲਾ ਦੂਰੋਂ ਆਉਂਦਾ ਮੇਰਾ ਭਾਈ ਕੋਈ ਉਹਨੂੰ ਵੀ ਲੈਸ ਕਰਕੇ ਤੋਰੂੰਗਾ। ਠੀਕ ਆ। ਤੇਲ ਦਾ ਖਰਚਾ ਵੀ ਲੈਸ ਕਰ ਦੂੰਗਾ ਮੈਂ ਵੀ ਕੋਈ ਗੱਲ ਨਹੀਂ ਭਾਈ, 500-400 ਤੇਲ ਸਾਡੇ ਵੱਲੋਂ, ਕੋਈ ਗੱਲ ਨਹੀਂ ਤੁਸੀਂ ਐਡੀ ਦੂਰੋਂ ਆਏ ਹੋ ਚੱਲ ਕੇ, ਬੈਠੋ ਬਕਾਇਦਾ ਮੀਟਿੰਗ ਕਰੋ, ਚਾਹ ਪਾਣੀ ਦਾ ਪ੍ਰਬੰਧ ਹੈ, ਜਿਵੇਂ ਮਰਜ਼ੀ ਆਓ ਦੇਖੋ ਨਰਸਰੀ 'ਚ ਆ ਕੇ ਬੂਟੇ ਪਸੰਦ ਕਰੋ, ਹਰ ਆਈਟਮ ਮਿਲੂਗੀ ਜੋ ਸੋਚ ਕੇ ਆਉਂਗੇ। ਲੈ ਵੀ ਮਿੱਤਰੋ ਹੁਣ ਬਸ ਤੁਸੀਂ ਆ ਜਾਓ ਧੂਰੀ ਵਾਲਿਆਂ ਦੇ ਕੋਲ, ਤੁਹਾਨੂੰ ਹਰੇਕ ਸਹੂਲਤ ਹਰੇਕ ਬੂਟਾ ਹਰੇਕ ਫਲ ਬਾਈ ਜੀ ਇੱਥੋਂ ਮਿਲੂਗਾ ਹੀ ਮਿਲੂਗਾ, ਅਤੇ ਰੇਟ ਬਾਈ ਜੀ ਜਾਇਜ਼ ਹੋਊਗਾ। ਬਸ ਸਕਰੀਨ 'ਤੇ ਨੰਬਰ ਹੈਗਾ, ਫੋਨ ਚੱਕ ਲਓ, ਮੈਂ ਤਾਂ ਕਹਿੰਦਾ ਵੀ ਤੁਸੀਂ ਆ ਜਾਓ ਇੱਥੇ ਗੱਡੀ ਚੱਕ ਕੇ, ਗੱਡੀ ਚੱਕ ਕੇ ਆ ਜਾਓ, ਲੋੜ ਨਹੀਂ ਇੱਥੇ ਆ ਜਾਓ ਬੂਟੇ ਲੈ ਜਾਓ, ਅਤੇ ਬਾਈ ਜੀ ਪੰਜਾਬ ਨੂੰ ਕੀ ਆਪਾਂ ਪੂਰੇ ਭਾਰਤ ਨੂੰ ਹਰਾ ਭਰਾ, ਪੂਰਾ ਹਿੰਦੁਸਤਾਨ ਨੂੰ ਹਰਿਆ ਭਰਿਆ, ਗ੍ਰੀਨ ਮਿਸ਼ਨ ਦਾ ਕੰਮ ਕਰਨਾ ਆਪਾਂ ਨੇ ਵੀ ਹਰਾ ਭਰਾ ਪੂਰਾ ਗ੍ਰੀਨ ਕਰ ਦੇਣਾ। ਹਾਂਜੀ ਗ੍ਰੀਨ ਕਰ ਦੇਣਾ। ਦੇਖੋ ਹੁਣ ਕਿੱਡੇ ਕਿੱਡੇ ਪਾਮ ਨੇ, ਇਹ ਵੀ ਲੱਗਣ ਜਾ ਰਹੇ ਨੇ, ਅੰਬ ਵੀ ਲੱਗਣ ਜਾ ਰਹੇ ਨੇ ਸਾਰੇ। ਹਾਂਜੀ ਤੁਸੀਂ ਇਹ ਦੇਖ ਸਕਦੇ ਹੋ ਵੀ ਕਿੱਡੀ ਹਾਈਟ ਦੇ ਅੰਬ ਨੇ। ਠੀਕ ਆ ਬਾਈ ਜੀ, ਠੀਕ ਹੈ ਵੀਰੇ, ਧੰਨਵਾਦ ਜੀ। ਅਤੇ ਬਾਈ ਜੀ ਆਪਾਂ ਖੜਿਆਂਗੇ ਆਈਟਮ ਜਮਾਂ ਮਲੇਰਕੋਟਲਾ ਰੋਡ ਦੇ ਉੱਤੇ, ਇੱਧਰ ਹੈਗਾ ਬਾਈ ਜੀ ਧੂਰੀ, ਅਤੇ ਸਾਹਮਣੇ ਬਾਈ ਜੀ ਹੈਗੀ ਹੈਗੀ ਤਾਰਾ ਹਵੇਲੀ, ਅਤੇ ਤਾਰਾ ਹਵੇਲੀ ਦੇ ਜਮਾਂ ਸਾਹਮਣੇ ਨਿਊ ਚੰਡੀਗੜ੍ਹ ਨਰਸਰੀ ਧੂਰੀ ਹੈ ਬਾਈ ਜੀ, ਇੱਥੇ ਆਓ ਬੂਟੇ ਲੈ ਕੇ ਜਾਓ। ਧੰਨਵਾਦ ਜੀ। ਅਤੇ ਬਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਜਿਹੜੇ ਮੇਰੇ ਵੀਰ ਪਿਆਰ ਕਰਦੇ ਨੇ ਵੀਡੀਓ ਸ਼ੇਅਰ ਕਰ ਦਿਓ, ਕੰਮ ਆਉਣ ਵਾਲੀ ਵੀਡੀਓ। ਧੰਨਵਾਦ ਬਾਈ ਜੀ। ਧੰਨਵਾਦ ਜੀ, ਸ਼ੁਕਰੀਆ ਜੀ, ਮਿਹਰਬਾਨੀ ਜੀ।